ਅਸਲਾਮੁਅਲੈਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਹਾਲ ਚਾਲ ਜੀ ਸਾਰੇ ਵੀਰਿਆਂ ਦਾ? ਬਾਜਵਾ ਸਾਹਿਬ ਕਿੱਦਾਂ? ਸ਼ੁਕਰ ਹੈ ਜੀ, ਬਿਲਕੁਲ ਠੀਕ ਠੀਕ ਹੋ? ਠੀਕ। ਵੀਰਿਆਂ ਨੇ ਕੰਮ ਚੱਕਤਾ ਫਿਰ? ਵੀਰਿਆਂ ਨੇ ਫਿਰ ਫੱਟੇ ਚੱਕਤੇ ਫੱਟੇ ਚੁੱਕਤੇ। ਚੁੱਕਤੇ। ਲਓ ਵੀ, ਥੈਂਕ ਯੂ ਸਾਰਿਆਂ ਦਾ ਥੈਂਕ ਯੂ, ਕਿ ਸ਼ੁਕਰੀਆ। ਚੈਨਲ ਨੂੰ ਸਬਸਕ੍ਰਾਈਬ ਕੀਤਾ। ਬਾਜਵਾ ਸਾਹਿਬ ਹੁਣਾਂ ਨੇ ਮਤਲਬ ਬੜੇ ਖੁਸ਼ ਹੋਏ ਨੇ। ਅੱਜ ਆਏ ਨੇ ਤੇ ਮਤਲਬ ਉਹਨਾਂ ਆਖਿਆ ਕਿ ਯਾਰ ਮੈਂ ਤੇ ਪਤਾ ਨਹੀਂ ਸੁਪਨੇ ਵਿੱਚ, ਮੈਨੂੰ ਤਾਂ ਸਮਝ ਨਹੀਂ ਆਈ ਕਿ ਮਤਲਬ ਇੰਨੀ ਛੇਤੀ ਕਿਵੇਂ ਮਤਲਬ ਇੰਨੇ ਵੀਰਿਆਂ ਨੇ ਸਬਸਕ੍ਰਾਈਬ ਕਰ ਲਿਆ। ਮੈਂ ਸਵੇਰ ਉੱਠਿਆ ਤੇ ਮੈਂ ਵੇਖਿਆ, ਮੈਂ ਹੈਰਾਨ ਰਹਿ ਗਿਆ ਬਈ ਅੱਛਾ ਹੋ ਗਿਆ। ਹਾਲਾਂਕਿ ਮੈਨੂੰ ਨਹੀਂ ਸੀ ਉਮੀਦ ਭਰਾਵਾਂ ਦੀ ਸਪੋਰਟ ਨਾਲ ਹੋਇਆ ਸੀ। ਬਿਲਕੁਲ ਇਦਾਂ, ਤੇ ਇਹ ਉਹਨਾਂ ਦੀ ਸਪੋਰਟ ਹੈ, ਪਿਆਰ ਹੈ, ਪਿਆਰ ਮੁਹੱਬਤ ਹੈ ਉਹਨਾਂ ਦੀ ਬੜੀ। ਬਹੁਤ ਸ਼ੁਕਰੀਆ ਸਭ ਦਾ। ਤੇ ਹੁਣ ਆਪਾਂ ਅੱਜ ਤੁਹਾਨੂੰ ਬਹਾਨੇ ਆ ਫਿਰ ਥੋੜਾ ਹੱਸ ਲਈਏ। ਮੈਂ ਤੇ ਉਹਨਾਂ ਹੱਸਨੇ ਹੁਣ, ਖੁਸ਼ੀ ਦਾ ਮੌਕਾ, ਖੁਸ਼ੀ ਦਾ ਮੌਕਾ, ਥੋੜਾ ਜਿਹਾ ਹੱਸੀਏ ਤੇ ਕਾਮੇਡੀ ਸੀਨ ਵਿਖਾਨੇ ਆ ਤੁਹਾਨੂੰ। ਨਿੱਕੇ ਜੈਲਦਾਰ ਦੇ, ਚਲੋ ਠੀਕ। ਨਿੱਕੇ ਜੈਲਦਾਰ ਤੇ ਬੜੀ ਵਧੀਆ ਫਿਲਮ ਹੈ, ਮੇਰੀ ਬੇਗਮ ਨੂੰ ਬੜੀ ਪਸੰਦ ਆ। ਠੀਕ, ਤੁਹਾਨੂੰ ਵੀ ਪਸੰਦ ਹੈ? ਬੜੀ ਗੁਲਾਬੀ ਗੁਲਾਬੀ ਹੋਈ ਹੈ, ਲਾਲ ਲਾਲ ਹੈ ਮੈਂ। ਚਲੋ ਆਪਾਂ ਕਰੀਏ ਸ਼ੁਰੂ ਫਿਰ। ਹੈ ਪਾਪਾ ਕਮਾਲ ਹੈ ਬਈ। ਆ ਦੇਖ ਕੇ ਮੈਂ ਚੂਹੇ ਵਾਂਗੂ ਖੁੱਡ ਪੱਟਣ ਲੱਗਿਆ। ਹੈਲੋ, ਹਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਸੁਣਿਆ ਤੁਹਾਡੇ ਇੱਕ ਵਿਆਹੁਣ ਵਾਲਾ ਮੁੰਡਾ ਹੈ। ਮੈਨੂੰ ਨਹੀਂ ਪਤਾ ਬੀਬੀ ਕੋ ਪੁੱਛਣਾ। ਇੱਕ ਤਾਂ ਬੀਬੀ ਐ ਸਰਪੰਚ ਨਹੀਂ ਬਣਾ ਰੱਖੀ ਤੁਸੀਂ ਯਾਰ। ਨਹੀਂ, ਸਤਿ ਸ਼੍ਰੀ ਅਕਾਲ ਜੀ। ਆਰਡਰ ਬਾਬੇ ਦੇ ਜਾ। ਮੈਂ ਕਿਹਾ ਜੀ ਇੱਕ ਵਾਰੀ ਹੋਰ ਸੁਲਾ ਮਾਰਾਈਏ, ਨਾਲੇ ਤੁਹਾਡਾ ਨਿਆਣਾ ਵੀ ਹੁਣ ਤੱਕ ਜਵਾਨ ਹੋ ਗਿਆ ਹੂ। ਇਸ ਵਾਰੀ ਤਾਂ ਮੈਂ ਬਹੁਤ ਵੱਡੇ ਘਰ ਦਾ ਰਿਸ਼ਤਾ ਲੈ ਕੇ ਆਇਆ। ਮਾੜੀ ਸਲਾਹ ਕਿਸੇ ਉਤਰੇ ਦੀ, ਸਾਡਾ ਮੁੰਡਾ ਤਾਂ ਝੋਲਾ ਚੱਕ ਕੇ ਘਰੇ ਆ ਗਿਆ। ਲੈ ਫਿਰ ਤਾਂ ਸ਼ੁਕਰ ਕਰੋ ਰੱਬ ਦਾ, ਥੋੜੇ ਝੋਲਾ ਚੱਕ ਮੁੰਡੇ ਨੂੰ ਮੈਂ ਐਡੇ ਵੱਡੇ ਘਰ ਦਾ ਰਿਸ਼ਤਾ ਕਰਵਾ ਰਿਹਾ। ਲੈ ਹੋਰ ਕੀ, ਤੈਨੂੰ ਤਾਂ ਆਪਦੀ ਛਾਪ ਦੀ ਅੱਗ ਲੱਗੀ ਹੋਈ ਹੈ। ਸਾਡਾ ਆਪਦਾ ਕਪੁੱਤ ਪਤਾ ਨਹੀਂ ਕੀ ਕਰਦਾ ਫਿਰਦਾ, ਕਿਸੇ ਦੀ ਕੁੜੀ ਲਿਆ ਕੇ ਡੋਬਣੀ ਆ ਸੀ। ਚਲ ਠੀਕ ਹੈ ਬੇਬੇ। ਬਾਜਵਾ ਸਾਹਿਬ ਇੱਕ ਚੀਜ਼ ਨੋਟ ਕੀਤੀ ਹੈ। ਹਾਂਜੀ, ਛਾਪ ਆਪਾਂ ਇੱਧਰ ਕਹਿਣਾ ਹੀ ਛੱਡ ਗਏ ਆ। ਹੁਣ ਅੰਗੂਠੀ ਚੱਲਦਾ ਅੱਜ ਕੱਲ, ਅੰਗੂਠੀ ਕਹਿੰਦੇ ਆ, ਚੱਲਦਾ ਮਤਲਬ ਉਹ ਪੰਜਾਬੀ ਕੇ ਜਿਹੜੀ ਆਪਣੀ ਠਿੱਟ ਪੰਜਾਬੀ ਹੈ ਨਾ, ਉਹ ਭੁੱਲ ਗਏ ਆਪਾਂ, ਭਟਕ ਗਏ ਮਤਲਬ ਦੂਰ ਹੋ ਗਏ ਆ ਕੁਛ ਨਾ ਕੁਛ। ਆਪਾਂ ਉਰਦੂ ਮੀਡੀਅਮ ਪੜ ਗਏ ਨਾ, ਹਾਂ, ਤੇ ਪੰਜਾਬੀ ਆਪਣੀ ਜਿਹੜੀ ਠੇਠ ਪੰਜਾਬੀ ਉਹਨੂੰ ਭੁੱਲ ਗਏ ਉਹਨੂੰ ਖੁਦ ਮਤਲਬ। ਅੰਗੂਠੀ ਕੀ ਹੁਣ ਤੇ ਅੰਗੂਠੀ ਵੀ ਨਹੀਂ, ਰਿੰਗ ਕਹਿੰਦੇ, ਰਿੰਗ ਮਤਲਬ ਆ ਗਈ, ਰਿੰਗ ਆ ਗਈ। ਲੇਕਿਨ ਛਾਪ ਮਤਲਬ ਪਿੰਡਾਂ ਵਿੱਚ ਮਤਲਬ ਜਿਹੜੇ ਅੱਜ ਵੀ ਬਜ਼ੁਰਗ ਨੇ ਪੁਰਾਣੇ ਮਤਲਬ ਉਹ ਅੱਜ ਵੀ ਛਾਪ ਜਾਂਦੇ ਨੇ। ਛਾਪ ਮੁੰਡੇ ਲਈ, ਪ੍ਰਾਹੁਣੇ ਲਈ ਛਾਪ ਬਣਵਾਈ ਜੇ, ਛਾਪ ਛੂਪ ਉਹਨੂੰ ਵੀ ਛਾਪ ਪਾਣੀ, ਉਹਨੂੰ ਵੀ ਛਾਪ ਪਾਣੀ। ਸਾਡੇ ਨਿੱਕੇ ਬੱਚਿਆਂ ਨੂੰ ਨਹੀਂ ਪਤਾ ਹੋਣਾ, ਨਿੱਕੇ ਪਤਾ ਨਹੀਂ ਹੁੰਦੀ, ਉਹਨਾਂ ਨੂੰ ਨਹੀਂ ਪਤਾ ਇਹ ਮਤਲਬ ਮਾੜੀ ਗੱਲ ਹੈ। ਆਪਾਂ ਆਪਣੀ ਬੋਲੀ ਮਤਲਬ ਆਪਣੀ ਮਾਂ ਬੋਲੀ ਤੋਂ ਇੰਨਾ ਦੂਰ ਹੋਣ ਡਏ ਆ। ਇਹਦੇ ਵਾਸਤੇ ਮਤਲਬ ਕੰਮ ਕਰਨਾ ਚਾਹੀਦਾ ਸਾਰਿਆਂ ਨੂੰ ਕਿ ਇਹ ਜਿਹੜੀ ਚੀਜ਼ ਹੈ, ਵਿਚੋਲਿਆਂ ਨੂੰ ਛਾਪਾ ਪਾਉਂਦਾ ਕੋਣ ਹੈ ਮੁੰਡੇ ਵਿਚਾਰੇ? ਵਿਚੋਲਾ ਲਫ਼ਜ਼, ਇਹ ਵਿਚੋਲਾ ਲਫ਼ਜ਼ ਵਿਚੋਲਾ ਮੈਨੂੰ ਬੜਾ ਅਜੀਬ ਜਿਹਾ ਲੱਗਾ ਜਦੋਂ ਮੈਂ ਉਹ ਅੰਗਰੇਜ਼ ਮੂਵੀ ਵੇਖੀ ਨਾ, ਮੇਰੇ ਵਾਸਤੇ ਉਹ ਨਿਊ ਸੀ ਇਹ ਵਰਡ ਨਾ, ਵਿਚੋਲਾ ਮਤਲਬ ਵਿਚੋਲਾ ਕਿ ਜਿਹੜਾ ਵਿਚਕਾਰ ਰਿਸ਼ਤੇ ਦੇ ਵਿਚਕਾਰ ਪਾ ਲਈਦੇ ਉਹ ਵਿੱਚ ਦੋਵਾਂ ਪਾਸੇ। ਅੱਜ ਕੱਲ੍ਹ ਬ੍ਰੋਕਰ ਕਹਿੰਦੇ ਨੇ, ਨਹੀਂ ਅਸੀਂ ਕਹਿੰਦੇ ਰਿਸ਼ਤੇ ਕਰਾਉਣ ਵਾਲੀ, ਰਿਸ਼ਤੇ ਕਰਾਉਣ ਵਾਲੀ ਜ਼ਿਆਦਾ ਐਡਵਾਂਸ ਲੋਕ ਕਹਿੰਦੇ ਨੇ ਮੈਚ ਮਿਕਸਰ। ਜਦੋਂ ਸੋਨਾ ਸਸਤਾ ਹੁੰਦਾ ਸੀ ਉਦੋਂ ਛਾਪ ਪਾਉਂਦੇ ਸੀ, ਛਾਪ ਪਾਉਂਦੇ ਸੀ, ਹੁਣ ਛਾਪਾਂ ਪੈਂਦੀਆਂ ਨੇ ਗੀ, ਸਾਡੇ ਵਾਲ ਤੇ ਨਹੀਂ ਪੈਂਦੀਆਂ ਪਾ ਕੇ ਪਤਾ ਨਹੀਂ। ਹਾਂ ਵਿਚੋਲੇ ਤੇ ਥੋੜਾ ਪੈ ਪੂ ਜਾਂਦੀਆਂ ਨੇ, ਬਾਅਦ ਚ ਕੋਈ ਗੜਬੜ ਹੋ ਜੇ ਨਾ ਤੇ ਵਿਚੋਲੇ ਤੇ ਭਾਵੇਂ ਪੈ ਜਾਣ, ਛਾਪਾਂ ਨਹੀਂ ਪੈਂਦੀਆਂ, ਕੁਛ ਹੋਰ ਪੈਂਦੀਆਂ, ਕੁਛ ਹੋਰ ਪੈਂਦਾ, ਛਾਪੇ ਪੈਂਦੇ ਨੇ। ਬੇ ਗੱਲ ਸੁਣ, ਮੇਰਾ ਨਾ ਭਾਣਜਾ ਹੈ, ਉਹ ਹਾਲੇ ਛੜਾ ਹੀ ਹੈ, 40 ਤੋਂ 2 ਸਾਲ ਉੱਤੇ ਟੱਪ ਗਿਆ, ਉਹਦੇ ਵਾਸਤੇ ਕੋਈ ਕੁੜੀ ਦੇਖ, ਥੋੜੀ ਉਹ ਵੀ ਚੱਲੂਗੀ। ਨਾ ਬੇਬੇ, ਆਪਾਂ ਸੈਕਿੰਡ ਹੈਂਡ ਕੰਮ ਹੀ ਨਹੀਂ ਕਰੀਦਾ, ਸਿੱਧਾ ਸ਼ੋਰੂਮ ਵਾਲਾ ਕੰਮ ਹੀ ਕਰੀਦਾ। ਤੁਰ ਜਾ ਇੱਥੋਂ, ਲੱਗਦਾ ਸ਼ੋਰੂਮ ਦਾ ਸੈਕਿੰਡ ਹੈਂਡ ਕੰਮ, ਸੈਕਿੰਡ ਹੈਂਡ ਨਹੀਂ ਕਰੀਦਾ, ਛੱਡੀ ਹੋਈ ਨਹੀਂ। ਜਾਗਰੀ ਕਰੀ ਕੀ ਚੱਕੀ ਜਾਂਦਾ? ਉਹ ਬੇਬੇ ਸਾਡਾ ਤਾਂ ਕੰਮ ਹੀ ਇਹ ਹੈ, ਲੱਗਦਾ ਇਹ ਵੀ ਵਿਆਹਣ ਜੋਗੀ ਹੋ ਗਈ। ਹਾਂ ਤੂੰ ਇਹਨੂੰ ਵੀ ਰਿਸ਼ਤਾ ਕਰਾਏਗਾ? ਨਹੀਂ ਨਹੀਂ, ਇਹ ਤਾਂ ਮੈਂ ਆਪਦੇ ਵਾਸਤੇ ਦੇਖ ਰਿਹਾ। ਤੈਨੂੰ ਦੇਖੀ ਆਪਾਂ ਸੌਣ ਨਹੀਂ ਦੇਣਾ, ਮਿੰਟ ਚ ਘੋੜੀ ਚੜਾ ਦੂੰ ਤੈਨੂੰ। ਇੱਕ ਤਾਂ ਬੇਬੇ ਪਤਾ ਨਹੀਂ ਕੀ ਤੜਕੇ ਤੜਕੇ ਤੂੰ ਭਰਿੰਡਾ ਖਾ ਲੈਨੀ ਆ, ਬਹੁਤ ਕੌੜਾ ਬੋਲਦੀ ਆ। ਲੱਗਦਾ ਭਰਿੰਡਾ ਦਾ ਖਾਂਸੜੇ ਨਾ ਖਾਲੀ, ਮੈਂ ਤਾਂ ਚੂਹੀ ਹੱਥ ਧੋ ਕੇ ਪੈ ਜਾਂਦਾ। ਮੇਰੇ ਓਮ ਸ਼ਾਂਤੀ ਓਮ ਸ਼ਾਂਤੀ ਸ਼ਾਂਤੀ ਓਮ। ਬੇਬੇ ਸਾਰੇ ਕੰਮ ਸ਼ਾਂਤੀ ਨਾਲ ਹੋ ਗਏ, ਧਰਮ ਨਾਲ ਆਪਾਂ ਨੂੰ ਫੁੱਲ ਨਹੀਂ ਆ ਰਿਹਾ ਇਹਨੇ। ਮੈਨੂੰ ਪਤਾ ਤੇਰੇ ਕੰਮ ਦਾ। ਓ ਬਾਪੂ ਤੂੰ ਬੜਾ ਸ਼ਾਂਤੀ ਨਾਲ ਬੈਠਾ, ਕੀ ਗੱਲ? ਬਹਿ ਕੇ ਦਿਖਾਵੇ ਸ਼ਾਂਤੀ ਨਾਲ, ਜੇ ਗੋਡੇ ਨਾਲ ਵੜਦੇ ਆ। ਓ ਬੇਬੇ ਸ਼ਾਂਤੀ ਰੱਖਣ ਤੇ ਚੰਗੀ ਹੁੰਦੀ ਕਿ ਨਹੀਂ ਘਰ? ਸ਼ਾਂਤੀ ਜਿਹੜੀ ਇਹਨਾਂ ਦੇ ਮਤਲਬ ਕੰਮ ਸ਼ਾਮ ਉਹ ਲੈਣ ਉਹ ਦੇ ਨਾ ਵਿੱਚ ਜਿਹਨੂੰ ਅਗੇ ਵੇਖਣ ਡਿਆ ਸੀ ਉਹਨਾਂ ਦਾ, ਇਹ ਤਾਂ ਮੈਂ ਆਪਣੇ ਲਈ ਵੇਖਣ ਡਿਆ, ਉਹ ਸ਼ਾਂਤੀ ਆ ਤੇ ਉਹ ਮਤਲਬ ਮੈਨੂੰ ਪੂਰਾ ਸ਼ੱਕ ਆ ਇਹਦੇ ਤੇ। ਹਾਂ ਤੇ ਚਿਲ ਤੱਕ ਤੂੰ ਕਰਦਾ ਨਾ, ਮੈਂ ਸਭ ਜਾਣਨੀ ਆ। ਅਬ ਮਾਰੀਏ ਇਹ ਵੱਡਾ ਦੋ ਇੱਕ ਗਲਾਸੇ ਮਰ ਜਾਏਗਾ। ਕਿਹਾ ਸੀ ਦੋ ਜਮ ਲੈ,
एक मुंडा ते कुड़ियां दे जम के टोकरा भरता। बीजी तुसी आप तक कहा सी भी मुंडा हो गया उन्हें बस करो कि मैं हंकारी है मेरे सामने जवान लड़ानी है ए नहीं देख दिया आप मेरा की लक्षण करता फिर दे बेबे अपना पक्का आपा घर शांति रखनी है देखी मेरे ना मारी बच्चा आया शांति दा लो जी लो भाई तुसी चाह पानी पियो सीरी भेजे मुंडे नु बुलाउण वास्ते ठीक है जी लो जी मूं ता मुंडा पढ़दा है इस वेले 15वीं जमात च ठीक है पर खेत दा ना भरोसा नहीं करदा पैसे ता बथेरे कमाए उहने पर आए भी नहीं बीमार होण ते जवाक डाक्टर कन्नी जाण दी थां संदूका कन्नी भजे भाई बुड़ी कुछ ज्यादा ही तेज है घर बार चंगा है अपने नालों जमीन भी चंगी है कि नहीं कुड़ी मौजा करू अपनी गुड्डी तेरी है भाई नहीं जी मैं ता बैचुलर है जी मेरा मतलब ताया ता साडा छड़ा है जी अंकल मेरी भैन है जी बापू नु काम सी बापू आ नहीं सकया अच्छा मेरा भी भाण जाए ओने भी नहीं कराया अलक्षण माड़े सी नहीं जी नहीं एहो जी तो कोई गल नहीं जी मैं तो इधर ठीक है जी गुस्सा ना करी भाई आप तो तू पुठे तवे अर गए कुड़ी दो चिट्टी बालदा होएगा पुठे तवे वरगा जेड़ियां गल्लां तू करके लेके आया सी ओडी गलबात मैनूं दी सर 30 किले आंदा सी तू किते विच पशु वाले किले ते नहीं गणाई जांदा पहला जेड़ी ना करे जे आ गया जी मुंडा ओड़ दे फकारे उत्ते लंग लुंग भी नहीं मारदा बाकी बोलदा तुसी सुनी लिया जे उंगलां गलां गिणनियां ने तां गिण सकदे हो वैसे पूरियां देख लो देख लो ते कुड़ी दी फोटो भी दे दिखाओ सानू नहीं बेबे आपां भी ते तिन्न कुड़ियां वेहियां ने एवें किसे दी धी भैण दी फोटो वेंदे चंगे लगदे आ किन्ने वधिया बंदे ने कुड़ी भी इन्हां दी इन्हां वर्गी होगी बाकी वेखो जी रंग तां दो ही हुंदे ने चिट्टा ते काला रंग तां की चटना है बाकी जिवें तुहानूं वड्डे नूं ठीक लगे ठीक है जी वाह ठीक है मुंडे ने विचोला बना के घल्लिया है आ लो काका जी शगन मां जी असीं मुंडा रोक लिया अखीरली गल जिहड़ी मुंडे ने कही ना मैनू धर्म नाल कील के रखता हुण जदों तुहाडा जी करे तुसीं आ जाओ सानू मुंडा फसा अच्छा ए ना हर वारी की लिया जांदा ए अंग्रेज विच भी बढ़िया सी कुछ बड़ी एक्टिंग करदा है अंग्रेज विच बणिया जे ओ फुफड़े नाल फुफड़ बणिया सी जदों आंदा ओ मेरा घोड़ा वड लो मेरा घोड़ा वड लो ओ कुक्कड़ आ कुक्कड़ ते नजर हुंदी है ना जदों सुनाम देण जांदा ओ कहिंदे ना फुफड़ आया कोई दाल रख लो कोई कुछ रख लो एदी नजर कुक्कड़ वाली आ बाबा आ बाबा ही हुंदा है बाबा कहिंदा नहीं कुक्कड़ ही रखया तेरे वास्ते आंदा मुंडे मखौल करदे ने अंदर कुक्कड़ ही धरया कुक्कड़ ही धरया आंदा मतलब ए आंदा के मुंडे माहौल करदे ने अंदर कुक्कड़ ही धरिया डायलॉग बड़ा याद है मतलब बड़े मजे बुधवार का दिन रख लो हाँ ठीक है बुधवार जिवें तुहाडा हुक्म सिर मथे जी अब फिर तुहानू बहुत बहुत वधाइयां जी तुहानू भी वधाइयां अच्छा जी सत श्री अकाल अच्छा इन्होंने जिहड़ी कुड़ी वास्ते कीता हुंदा ना विचोला बना के इत्थे तस्वीर ना वेख कुड़ी चेंज हो जांदी है एक मिंट मेरी गल सुन ਇੱਥੇ ਬੈਠ ਮੇਰੇ ਕੋਲ ਬਦਲ ਜਾਂਦੇ ਹੋਰ ਕੁੜੀ ਦਾ ਇਹ ਹੋਰ ਸਮਝਣ ਦੇ ਨੇ ਉਹਨਾਂ ਨੇ ਹੋਰ ਦਾ ਕਰਨਾ ਕੁੜੀ ਦਾ ਕਰਨਾ ਬਥੇਰਾ ਹਾਸ ਲਿਆ ਖੇਡ ਲਿਆ ਸਹੀ ਵਿਆਹ ਤਾਂ ਆਪਣੇ ਖਾਨਦਾਨ ਜੀ ਕਰਾਉਣਾ ਚੰਗਾ ਹੁੰਦਾ ਹੈ ਦੇਖੀ ਮੁਕਰੀ ਨਾ ਮੇਰਾ ਪੁੱਤ ਨਹੀਂ ਮੁਕਰਦਾ ਨਹੀਂ ਮੁਕਰਦਾ ਪੱਕਾ ਨਹੀਂ ਮੈਂ ਸੱਜ ਕੇ ਜਾਵਾਂ ਮੇਰੇ ਪੁੱਤ ਨਹੀਂ ਕਿ ਪੁੱਤ ਤੇਰੇ ਸਹੁਰੇ ਦਾ ਘਰ ਆ ਗਿਆ ਓਏ ਉੱਠ ਜਾ ਉੱਠ ਜਾ ਓਏ ਸੋਹਰਿਆਂ ਲੱਪੜ ਗਿਆ
बहुत चंगा कीता जी। होर सुनाओ तुसी ठीक रहने हो? बस ठीक ही रहने हैं। ठीक तो कहदा भाई एहो जिही है। ऊ तो पिंड दा जैलदार बजदा है पर ना दिनों दिन निकलता ही जांदा है। आहो जी जवानी पहरे तो सुख नाल जैलदार साहब भी घुलदे रहे ने, बस आ थोड़ा जा शुक्र करके ही सुंगड़ गए। ਤੁਸੀਂ ਦੋਨੋਂ ਇੱਕ ਦੂਜੇ ਨੂੰ ਜਾਣਦੇ ਹੋ? ਹਾਂ ਵੀਰੇ ਆ ਤਾਂ ਮੇਰੇ ਕਾਲਜ ਪੜ੍ਹਦਾ ਆ। ਲੈ ਪੁੱਤ रिश्ता करना थोड़ा अच्छा मैं सोचे यही कुड़ी है। नहीं नहीं मां जी ये तो छोटे दी कुड़ी है पढ़ती है हाले रिश्ता तो असी बलविंदर बाई दी कुड़ी दा करना है। पै गई पसूड़ी बेबे ने वादा भी कर लिया सी कि वो करना नहीं। हां बेबे मैं नहीं कराउणा इहदे नाल तू भी कराऊंगा ना की होया कुड़ी नु चंगी भली कुड़ियां वर्गी कुड़ी है। मैं तो तेन पहले ही कहा सी तू ही भागदा सी फोटो दा की करना अखे रंग तो दो ही होंगे ने रंग नु की चटना है। की कहंदे आ काका जी? कुछ नहीं भाई कहंदा छेती करो आपा ना चाह पानी पिछो पहले पहले शगन पाने आ। ਇੱਥੇ ਵੀ ਨਾ ਸੀਨ ਜਿਹੜਾ ਨਾ ਇਹ ਵੀ ਕਮਾਲ ਦਾ ਬੜੀ ਸੋਹਣੀ ਗੱਲ ਕਰਦਾ। ਬਾਪੂ ਹਾਂ ਮੈਂ ਉੱਥੇ ਵਿਆਹ ਨਹੀਂ ਕਰਾਉਣਾ। ਹਾਂ ਬਾਪੂ ਕੁਛ ਵੀ ਹੋ ਜਾਏ ਮੈਂ ਨਹੀਂ ਵਿਆਹ ਕਰਾਉਣਾ। ਹਾਂ ਗੱਡੀ ਰੋਕ ਉਲਟੀ ਆਉਂਦੀ ਹੈ ਗੱਡੀ ਰੋਕ ਓਏ ਬੀਬੀ ਕੋਲ ਜਾਣਾ ਮੈਸੇਜ ਸਿੱਧਾ ਬੀਬੀ ਬੀਬੀ ਹਾਂ ਨਿੱਕਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ। ਮੈਨੂੰ ਕੀ ਦੱਸਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਸ਼ਾਂਤੀ ਨਾਲ ਵਿਆਹ ਕਰਾਉਣ ਫਿਰਦਾ। ਤੂੰ ਇੱਥੇ ਰੋਣਾ ਨਾ ਭਾਈ ਘਰੇ ਜਾ ਕੇ ਗੱਲ ਕਰਦੇ ਆ। ਠੀਕ ਹੈ ਬੀਬੀ ਵਿਆਹ ਸ਼ਾਂਤੀ ਨਾਲ ਹੋਣਾ ਚਾਹੀਦਾ ਰੋਲਾ ਬਗਾ ਬਗੀ ਲੈਣਾ ਤੈਨੂੰ ਤੇਰੇ ਤੈਨੂੰ ਕਦੋਂ ਅਕਲ ਆਊਗੀ ਜੇ ਵਜੇ ਤੋਂ ਵੱਡੇ ਪੁੱਤਾਂ ਨੇ ਗੱਲ ਦੇਖ ਲੈ ਕੀ ਰੰਗ ਲਾਉਂਦਾ ਫਿਰਦਾ ਇੱਕ ਆ ਡੁੰਨ ਬੱਟਾ ਬਣੋ ਬੈਠਾ ਤੇਰਾ ਬੱਟਾ ਬਣ ਰੁੱਲ ਗਿਆ ਹੋਰ ਯਾਰ ਲਾਇਸ਼ ਕਹਿ ਤਾ ਚਲੋ ਆ ਤਾਂ ਸੋਹਣਾ ਕੰਮ ਕਰ ਆਏ ਮੈਨੂੰ ਪਹਿਲਾਂ ਹੀ ਪਤਾ ਸੀ ਲਾਇਸ਼ ਕਹਿ ਤਾ ਚੱਲ ਤੂੰ ਤੋਰ ਲੈ ਹੁਣ ਕਿ ਤੂੰ ਹਾਰ ਪਾਉਣੇ ਆ ਅਜਾ ਬਾਪੂ ਇਹਨਾਂ ਸਿੱਧਾ ਬਣਾਇਆ ਨਾ ਇਹਦੇ ਵਿੱਚ ਇੱਥੇ ਕੀ ਪਾਲਦਾ
ਸਪਰੇਅ ਕਿੱਥੇ ਹੈ? ਮਰਨਾ ਮੈਂ। ਚੱਲ ਪੀ ਛੇਤੀ ਕਰ ਕੰਮ ਨਮੇੜ, ਸਾਡੇ ਕੋਲ ਵਾਧੂ ਟਾਈਮ ਹੈ ਨੀ, ਮਿੰਟ ਲਾ ਚੱਲ ਚੱਕ। ਤੈਨੂੰ ਏਡਾ ਵੱਡਾ ਇਸ ਕਰਕੇ ਕੀਤਾ ਕਿ ਸਾਡੇ ਸਿਰ ਚੇਪ ਆਵੇ? ਕੀ ਲੱਛਣ ਫੜੇ ਨੇ ਮਾਂ ਪੁੱਤ ਨੇ? ਬੀਜੀ ਮੈਂ ਕੀ ਕੀਤਾ? ਮੈਂ ਸਾਹਮਣੇ ਬੋਲਦੀ ਹਾਂ, ਫਿਰ ਤੇਰੇ ਜਵਾਨ ਹੈ ਨੀ। ਤੂੰ ਚੁੱਪ ਕਰ ਪੁੱਤਰ, ਤੂੰ ਜਾ ਜਾ ਕੇ ਮੇਰੇ ਲਈ ਥੋੜੀ ਚਾਹ ਬਣਾ ਕੇ ਲਿਆ, ਮੇਰਾ ਅੱਗੇ ਸਿਰ ਦੁਖਦਾ ਪਿਆ। ਤੇਰਾ ਵਿਹਲੇ ਦਾ ਸਿਰ ਦੁਖਦਾ, ਘਰ 'ਚ ਇੰਨਾ ਕਲੇਸ਼ ਛਿੜਿਆ ਹੋਇਆ, ਤੈਨੂੰ ਚਾਹ ਦੀ ਅੱਗ ਲੱਗੀ ਪਈ ਹੈ? ਮੇਰੇ ਸੰਗ ਜੋ ਪਾਣੀ ਦੀ ਘੁੱਟਣੀ ਗਈ, ਪੀ ਲੈ ਹੁਣ, ਪੀ ਲੈ। ਕਿਹਨੂੰ ਉਡੀਕਦਾ ਹੁਣ ਤੂੰ? ਚਾਹ ਆਖਦਾ ਹੁਣ ਬਿਟਰ ਬਿਟਰ। ਚੰਗਾ ਜੀ ਮੈਂ ਚੱਲਦਾ ਫਿਰ, ਮੇਰੇ ਪਾਪੇ ਦਾ ਫੋਨ ਆਇਆ ਸੀ ਜੀ ਘਰੋਂ। ਪਾਪੇ ਨੇ ਇੱਥੇ ਸੱਦ ਲੈ, ਤੂੰ ਓਨਾ ਚਿਰ ਨਹੀਂ ਜਾਏਗਾ ਜਿੰਨੀ ਦੇਰ ਤੱਕ ਮੁੰਡਾ ਵਿਆਹ ਲਈ ਰਾਜ਼ੀ ਨਹੀਂ ਹੁੰਦਾ। ਮੇਜਰਾ ਚੱਕ ਕੇ ਰੱਖ ਇਹਨੂੰ, ਸਪਰੇਹਾਂ ਪੀਣੀਆਂ ਕੋਈ ਸੌਖੀਆਂ ਨੇ? ਤੇਰਾ ਵਿਆਹ ਉਸੇ ਘਰ 'ਚ ਹੀ ਹੋਊਗਾ। ਬੇਬੇ ਮੈਂ ਕੁਝ ਹੋਰ ਸੋਚਿਆ ਸੀ, ਉਹ ਗੱਲ ਨਹੀਂ। ਮੈਨੂੰ ਪਤਾ ਤੇਰੀਆਂ ਸੋਚਾਂ ਕਿਹੜੀਆਂ ਨੇ। ਬੇਬੇ ਤੁਹਾਨੂੰ ਕੁਝ ਨਹੀਂ ਪਤਾ, ਤੁਹਾਨੂੰ ਮੈਂ ਦੱਸਦਾ। ਉਹ ਤੂੰ ਉੱਤੇ ਚਵਾਰੇ 'ਚ ਜਾ, ਮੈਂ ਗੱਲ ਕਰਦਾ। ਬੇਬੇ ਜਦੋਂ ਨਵਾਂ ਨਵਾਂ ਬੈਠ ਕੇ ਗੱਡੀ 'ਚ ਜੋੜੀਦਾ ਨਾ ਤਾਂ ਟਪੂਸੀਆਂ ਤਾਂ ਮਾਰਦਾ ਹੀ ਹੁੰਦਾ, ਨਾਲੇ ਮੈਨੂੰ 5 ਤੋਲੇ ਦਾ ਕੜਾ ਕਾਹਦੇ ਵਾਸਤੇ ਪਾਉਣਾ ਤੁਸੀਂ? ਮੈਂ ਆਪੇ ਸਮਝਾਊ। 5 ਤੋਲੇ ਨਾ ਕਿਤੇ 32 ਤੋਲੇ, ਮੈਂ ਅੱਧੇ ਤੋਲੇ ਦੀ ਛਾਂ ਪਾਉਂ ਬਸ, ਮੁੰਡੇ ਨੂੰ ਜਿਵੇਂ ਮਰਜ਼ੀ ਬਣਾ। ਇੱਕ ਗੱਲ ਦਾ ਧਿਆਨ ਰੱਖੀ, ਜੇ ਮੁੰਡੇ ਨੇ ਸਪਰੇਅ ਪੀਣੀ ਨਾ ਤਾਂ ਤੇਰੇ ਸੰਗ 'ਚ ਮੈਂ ਸਿੱਟੂ ਗਲਾਸ ਭਰ ਕੇ। ਲੈ ਬਈ ਵਿਚੋਲਾ ਵਿਚਾਰਾ ਤਾਂ ਬੁਰਾ ਫਸ ਗਿਆ, ਬੁਰਾ ਜਿਹੜਾ ਬੁਰਾ ਫਸ ਗਿਆ ਵਿਚੋਲਾ। ਹੈ ਕਰਮਜੀਤ, ਅੱਛਾ ਕਰਮਜੀਤ ਅਨਮੋਲ ਦੀ ਜਿਹੜੀ ਐਕਟਿੰਗ ਹੈ ਬਹੁਤ ਆਊਟਸਟੈਂਡਿੰਗ, ਬਹੁਤ ਵਧੀਆ ਹੁੰਦੀ ਹੈ, ਅਤੇ ਇਸ ਫਿਲਮ ਦੇ ਵਿੱਚ ਤਾਂ ਕਮਾਲ ਹੀ ਕਰਤਾ ਨਾ ਉਹਨਾਂ ਨੇ ਕਰਮਜੀਤ ਅਨਮੋਲ ਨੇ, ਅਤੇ ਵਿਚੋਲੇ ਦਾ ਜਿਹੜਾ ਰੋਲ ਕੀਤਾ ਬਹੁਤ ਵਧੀਆ, ਵਿਚੋਲਾ ਬਹੁਤ ਅੱਛਾ ਅਦਾਕਾਰ। ਹਾਂ ਮਤਲਬ ਕਹਿੰਦਾ 5 ਤੋਲੇ ਦਾ ਮੈਨੂੰ ਤੁਸੀਂ ਕਢਾਇਆ, ਕਹਿੰਦਾ 5 ਤੋਲੇ ਬੇਬੇ ਵੇਖੋ ਵੀ ਇਹੋ ਬੇਬੇ ਆ, ਪਿਸਤੌਲ ਉਹਨੇ ਡੱਬ ਚਲਾਇਆ ਐਕਟਿੰਗ ਨੇ। ਅੱਛਾ ਇਹਦਾ ਇੱਕ ਸੀਨ ਸੀ ਜਦੋਂ ਸ਼ੁਰੂ ਸ਼ੁਰੂ 'ਚ ਆਉਂਦਾ ਨਾ ਬੇਬੇ ਕੋਲ ਪਹਿਲੀ ਵਾਰੀ, ਮਤਲਬ ਬੇਬੇ ਵੱਲ ਪਿਸਤੌਲ ਲੱਗਾ ਵੇਖਦਾ, ਕਹਿੰਦਾ ਬੇਬੇ ਬਾਕੀ ਲੋਕੀ ਤੇ ਧਾਰਾਂ ਜਿਹੜੇ ਨੇ ਟੀਕਾ ਲਾ ਕੇ ਚਾਉਂਦੇ ਨੇ, ਤੁਸੀਂ ਗੋਲੀ ਮਾਰ ਕੇ ਚਾਉਂਦੇ? ਉਹ ਵੀ ਉਹ ਵਿੱਚ ਆਇਆ ਨੀਗਾ, ਉਹ ਸੀਨ ਹੀ ਵਿੱਚ ਆਇਆ ਗੋਲੀ ਮਾਰ ਕੇ। ਹਾਂ ਤੁਸੀਂ ਧਾਰਾਂ ਗੋਲੀ ਮਾਰ ਕੇ ਚਾਉਂਦੇ ਹੋ। ਅੱਛਾ ਬੜੀ ਸੋਹਣੀ ਫਿਲਮ ਦੀ ਸਟੋਰੀ ਇਹ, ਜਦੋਂ ਪਹਿਲੀ ਵਾਰੀ ਵੇਖੀ ਸੀ ਨਾ ਫਿਲਮ, ਫਿਰ ਮੈਂ ਅੱਬੂ ਹੁਣਾਂ ਨੂੰ ਸਾਰਿਆਂ ਨੂੰ ਮਤਲਬ ਬਿਠਾ ਕੇ ਨਾ, ਅਸੀਂ ਫੈਮਿਲੀ ਨੇ ਬਾਹਰ ਮਤਲਬ ਸੇਣ ਦੇ ਵਿੱਚ ਰੱਖ ਕੇ LCD ਮਤਲਬ ਬਾਹਰ ਕੱਢ ਕੇ ਉਹਦੇ 'ਤੇ ਲਾ ਕੇ, ਮੈਂ ਕਿਹਾ ਸਾਰਿਆਂ ਨੇ ਬਹਿ ਕੇ ਵੇਖਣੀ ਆ, ਮਤਲਬ ਇੰਨਾ ਮਜ਼ੇ ਦਾ, ਇੰਨਾ ਹੱਸੇ ਸਾਰੇ ਨਾ। ਇੱਕ ਇਹ ਤੇ ਅੰਗਰੇਜ਼ ਫਿਲਮ ਜਿਹੜੀ ਹੈ ਨਾ ਉਹ ਵੀ ਅਸੀਂ ਐਵੇਂ ਵੇਖੀ ਸੀ, ਲੋਰੀਏ ਵੀ ਐਵੇਂ। ਹਾਂ ਲੋਰੀਏ, ਲੋਰੀਏ। ਅੱਛਾ ਅੰਗਰੇਜ਼ ਮੈਂ ਵੀ ਆਪਣੀ ਸੱਸ ਨੂੰ ਵਿਖਾਈ ਸੀ ਆਂਟੀ ਨੂੰ ਨਾ ਸਪੈਸ਼ਲ, ਤੇ ਆਂਟੀ ਨੂੰ ਮੈਂ ਕਿਹਾ ਤੁਸੀਂ ਹੈਂਡ ਫ੍ਰੀ ਲਾ ਕੇ ਤੇ ਵੇਖੋ ਹੈਡਫੋਨ ਲਾ ਕੇ, ਤਸੱਲੀ ਨਾਲ ਤੁਹਾਨੂੰ ਇੱਕ ਇੱਕ ਡਾਇਲੋਗ ਇੱਕ ਇੱਕ ਚੀਜ਼ ਮਜ਼ੇ ਦੀ ਲੱਗੇ। ਤੇ ਆਪਾਂ ਮਤਲਬ ਇਹਦੇ ਅੰਮੀ ਨੇ ਜਿਹੜੇ ਉਹਨਾਂ ਨੂੰ ਲੋਰੀਏ ਬੜੀ ਪਸੰਦ ਆ, ਲੋਰੀਏ ਫਿਲਮ ਜਿਹੜੀ ਹੈ ਨਾ ਉਹਨਾਂ ਨੂੰ ਬੜੀ ਪਸੰਦ ਹੈ। ਯੂਟਿਊਬ ਤੇ ਹੈ ਨਹੀਂ, ਤੁਹਾਨੂੰ ਵੈਬਸਾਈਟ ਤੋਂ ਵੇਖਣੀ ਪੈਣੀ ਹੈ। ਉਹ ਨਾ ਮਤਲਬ ਫੁੱਫੋ ਜਦੋਂ ਵੀ ਆਉਂਦੇ ਨਾ ਬਹਿੰਦੇ ਨੇ ਤੇ ਉਹ ਆਉਂਦੇ ਨੇ ਕਿ ਲੋਰੀਏ ਉਹ ਫਿਲਮ ਲਾਓ, ਉਹ ਜਿਹਦੇ ਵਿੱਚ ਕੁੜੀ ਉਹ ਪਾਕਿਸਤਾਨੀ ਮਤਲਬ ਹੁੰਦੀ ਹੈ, ਮੁੰਡਾ ਉੱਧਰ ਦਾ, ਤੇ ਉਹ ਕਿੰਨੂ ਤੋੜਦੇ ਹੁੰਦੇ ਨੇ ਤੇ ਬਾਰਡਰ ਦੇ ਉੱਤੇ ਨਾ ਮਤਲਬ ਸਾਰੀ, ਉਹ ਬੜੀ ਬੜੀ ਵਧੀਆ ਸਟੋਰੀ ਹੈ ਉਹਦੀ ਵੀ। ਬਾਕੀ ਬਾਜਵਾ ਸਾਹਿਬ ਕਿਵੇਂ ਲੱਗੀ ਕਮੇਡੀ? ਕਮੇਡੀ ਬੜੀ ਅੱਛੀ ਹੈ ਜੀ। ਇਹ ਨੇ ਫਿਲਮਾਂ ਜਿਹੜੀਆਂ ਆਪਾਂ ਫੈਮਿਲੀ 'ਚ ਬੱਚਿਆਂ 'ਚ ਸਾਰਿਆਂ 'ਚ ਬਹਿ ਕੇ ਵੇਖ ਸਕਦੇ ਹਾਂ, ਫੈਮਿਲੀ 'ਚ ਬਹਿ ਕੇ ਵੇਖ ਰਹੇ ਹਾਂ। ਪੁੱਛਣ ਲੱਗਾ ਸਾ ਮੈਂ ਕਿ ਭੈਣ ਕੋਲੋਂ ਹੁਣ ਕਿ ਉਹ ਕੀ ਰੋਲਾ ਹੈ, ਉਹਦੇ ਹਣ ਮੇਰੇ ਤੋਂ ਬਿਹਤਰ ਕੋਈ ਨਹੀਂ ਜਾਣਦਾ। ਹੈ ਮੈਨੂੰ ਇੰਨਾ ਪਤਾ ਕਿ ਇੱਕ ਦਫਾ ਕੀ ਹੋਇਆ, ਨਹੀਂ ਬਹੁਤੀਆਂ ਨਹੀਂ ਦੱਸਣੀਆਂ, ਇੱਕ ਦਾ ਉਹ ਦੱਸਾਂਗੇ ਇੱਕ ਵਾਰੀ ਗੱਲ। ਇੱਕ ਤਾਂ ਬਾਕੀ ਪਾਣੀ ਦਿੱਤਾ ਮੈਂ, ਪਾਣੀ ਕਿਤੇ ਸੀ ਗਰਮ, ਪਾਣੀ ਗਰਮ ਸੀ ਤਾਂ ਬਾਹਰੋਂ ਆਏ ਸੀ, ਗਰਮੀ ਲੱਗੀ, ਉਹ ਸਾਡੇ ਘਰ ਦੇ ਆਲੇ ਦੁਆਲੇ ਤੇ ਸਾਰਾ ਕਮਾ ਦਿਆ, ਤੇ ਬਾਜਵਾ ਸਾਹਿਬ ਨੇ ਕੀ ਕੀਤਾ, ਗਲਾਸ ਚੁੱਕ ਕੇ ਕਮਾਦਾਂ 'ਚ, ਅੱਜ ਤਾਂ ਗਲਾਸ ਨਹੀਂ ਲੱਭਾ। ਮੈਂ ਹੱਕੀ ਬੱਕੀ ਰਹਿ ਗਈ, ਮੈਂ ਬੜੀਆਂ ਕੀ ਵੈਸੇ ਇਸ ਗੱਲ ਤੋਂ ਨਾ ਮੈਂ ਬੜੀ ਲੱਗੀ ਹਾਂ, ਜਾਲ ਬਹੁਤ ਛੱਡੀ ਤਬੀਅਤ, ਇਹਨੇ ਬਰਤਨ ਨਹੀਂ ਕਦੀ ਥੋੜੇ ਬਣਾ ਮੇਰੇ ਜੇਠਾ ਨੇ ਤੇ ਕਸਰ ਨਹੀਂ ਛੱਡੀ ਬਰਤਨ ਧੋਣ ਦਾ। ਅੱਛਾ ਉਹਨਾਂ ਨੇ ਵੀ ਐਵੇਂ ਮਤਲਬ ਨਾ, ਮੇਰੇ ਵੱਡੇ ਦੋਨਾਂ ਜੇਠਾ ਕਈ ਵਾਰੀ ਹੋਣਾ ਕਿ ਮਤਲਬ ਟੈਂਪਰੇਚਰ ਤੁਹਾਨੂੰ ਪਤਾ ਹੈ ਫਿਰ ਹਾਈ ਹੋ ਜਾਂਦਾ ਕਦੀ ਕਦੀ ਬੰਦਿਆਂ ਦਾ, ਮਾਰਨਾ ਫਿਰ ਉਹਨਾਂ ਨੇ ਚੁੱਕ ਕੇ ਗਲਾਸ ਹੋਣਾ ਤੇ ਘੁੰਮਦਾ ਜਾਣਾ ਵਿਹੜੇ ਦੇ ਵਿੱਚ,
ਮਤਲਬ ਐਵੇਂ ਦੇ ਸੀਨ ਵੇਖੇ ਅਸੀਂ ਰੀਅਲ ਲਾਈਫ 'ਚ ਵੇਖੇ ਹਾਂ ਜੀ ਗਲਾਸ ਕੋਈ ਪਤਾ ਚੱਲਿਆ ਕਿ ਮੇਰੇ ਵੱਡੇ ਜੀ ਇੱਕ ਗਲਾਸ ਹੀ ਗਿਆ ਉਸ ਤੋਂ ਬਾਅਦ ਕੁਝ ਨਹੀਂ ਗਿਆ ਹਾਂ ਉਸ ਤੋਂ ਤੁਸੀਂ ਬਹੁਤ ਅੱਛਾ ਭਾਂਡੇ ਨਹੀਂ ਤੋੜੇ ਕਦੀ ਮੈਂ ਨਾ ਇੱਕ ਵਾਰੀ ਮਤਲਬ ਮੈਨੂੰ ਗੁੱਸਾ ਆਇਆ ਸੀ ਐਵੇਂ ਹੀ ਆ ਗਿਆ ਗੱਡੀ 'ਚ ਅਸੀਂ ਜਾਣ ਡਏ ਸਾਂ ਬਹਿਸ ਕਰਦੇ ਆ ਨਾ ਮਤਲਬ ਇਹਦੇ ਨਾਲ ਹੀ ਬਹਿਸ ਹੁੰਦਿਆਂ ਇਹ ਵੀ ਨਾ ਮੁੜੇ ਤੇ ਮੈਂ ਵੀ ਨਾ ਮੁੜਾ ਉਹ ਮੈਂ ਗੁੱਸੇ ਜਾ ਕੇ ਨਾ ਗੱਡੀ ਦੀ ਜਿਹੜੀ ਐਲ ਸੀ ਡੀ ਉਹਦੇ ਤੋਂ ਮਾਰਿਆ ਮੁੱਕਾ ਮੁੱਕਾ ਮਾਰਿਆ ਪਰ ਉਹ ਸ਼ੁਕਰ ਹੈ ਬੱਚੇ ਉਹ ਨਾ ਤਕਰੀਬਨ ਮਹੀਨਾ ਕੁ ਲੈਣਾ ਦੋ ਨਾ ਵਿੱਚ ਇੰਝ ਆਈਆਂ ਰਹੀਆਂ ਨੇ ਲੇਕਿਨ ਹੁਣ ਆਪ ਹੀ ਹਟ ਗਈਆਂ ਨੇ ਫਿਰ ਜੁੜ ਗਈਆਂ ਬਾਕੀ ਨਾ ਬਾਕੀ ਯਾਰ ਹੈ ਮਤਲਬ ਰੀਅਲ ਲਾਈਫ ਦੇ ਵਿੱਚ ਜਿਹੜਾ ਨਾ ਬੰਦਾ ਬੜਾ ਮਸਲੇ ਚੱਲਦੇ ਰਹਿੰਦੇ ਨੇ ਅਸਲ 'ਚ ਸ਼ੁਗਰ ਹੀ ਹੁੰਦਾ ਹਾਂ ਸ਼ੁਗਰ ਮੇਲਾ ਮਤਲਬ ਹੁੰਦਾ ਮੈਂ ਨਾ ਇਹਦੇ ਨਾਲ ਬਹਿਸ ਮੇਰੀ ਬੜੀ ਚੱਲਦੀ ਹੈ ਕਿਸੇ ਵੀ ਗੱਲ ਤੋਂ ਨਾ ਇਹਨੇ ਜਿਹੜਾ ਕੰਮ ਮੈਂ ਪਤਾ ਹੋਏਗਾ ਨਾ ਓਪੋਜ਼ਿਟ ਹੁੰਦਾ ਹੋਏਗਾ ਹਾਂ ਮਤਲਬ ਅਸੀਂ ਇੱਕ ਦੂਜੇ ਤੇ ਓਪੋਜ਼ਿਟ ਗੱਲ ਕਰ ਦੇਣੀ ਹੁੰਦੀ ਹੈ ਜਾਣ ਕੇ ਫਿਰ ਮੈਂ ਜਾਣ ਕੇ ਫਿਰ ਕਰ ਲੈਂਦਾ ਵਾਂ ਤੰਗ ਕਰਨ ਲਈ ਇਹ ਫਿਰ ਗੁੱਸਾ ਕਰਦੀ ਹੈ ਮੈਨੂੰ ਮਜ਼ਾ ਆਉਂਦਾ ਜਦੋਂ ਗੁੱਸਾ ਕਰਦੀ ਹੈ ਬਾਅਦ ਪੈਸੇ ਵੀ ਆਪਣੇ ਲੱਗਣੇ ਨੇ ਆਪਣੇ ਸਾਰਾ ਕੁਝ ਹੁੰਦਾ ਲੇਕਿਨ ਵਕਤੀ ਤੌਰ ਤੇ ਪਤਾ ਨੀ ਕੀ ਬੰਦੇ ਨੂੰ ਹੁੰਦਾ ਕਿ ਉਹ ਦਿਮਾਗ ਬੰਦੇ ਦਾ ਕੰਮ ਕਰਨੋਂ ਛੱਡ ਜਾਂਦਾ ਅੱਛਾ ਇੱਕ ਗੱਲ ਵੀ ਹੈ ਫਿਰ ਜਿਹੜੀ ਅੱਛੀ ਗੱਲ ਹੈ ਕਿ ਗੁੱਸੇ 'ਚ ਕੋਈ ਫੈਸਲਾ ਵੀ ਨਹੀਂ ਕਰਨਾ ਚਾਹੀਦਾ ਹਾਂ ਗੁੱਸੇ ਦੇ ਵਿੱਚ ਗੁੱਸੇ ਵਿੱਚ ਬੰਦਾ ਗਲਤ ਫੈਸਲੇ ਕਰ ਜਾਂਦਾ ਗੁੱਸੇ ਦੇ ਉੱਤੇ ਨਾ ਉਹ ਬੰਦਾ ਨੁਕਸਾਨ ਚੁੱਕਦਾ ਬਿਲਕੁਲ ਗੁੱਸੇ ਤੇ ਕਾਬੂ ਪਾਉਣਾ ਬੰਦੇ ਨੂੰ ਸਿੱਖਣਾ ਚਾਹੀਦਾ ਕਿਉਂਕਿ ਉਹ ਵੇਲਾ ਐਸਾ ਹੁੰਦਾ ਕਿ ਜਦੋਂ ਬੰਦੇ ਨੂੰ ਉਹ ਬੇਬੇ ਸਿਆਣੀ ਸੀ ਉਹ ਤੇ ਸਪਰੇ ਲੱਭਦਾ ਬੇਬੇ ਨੇ ਆ ਕੇ ਮੈਂ ਆਪ ਪਿਆ ਗਿਆ ਉਹਨੂੰ ਪਤਾ ਨਹੀਂ ਸੀ ਪੀਣੀਆਂ ਨੇ ਹਾਂ ਉਹਨੂੰ ਪਤਾ ਸੀ ਕਿ ਪੀਣ ਵੀ ਨਹੀਂ ਦੇਣੀ ਅੱਛਾ ਅਸੀਂ ਛੋਟੇ ਹੁੰਦੇ ਸੀ ਨਾ ਤੇ ਅਸੀਂ ਨਾਰਾਜ਼ ਹੋ ਜਾਣਾ ਚਲੋ ਫਿਰ ਆਪਾਂ ਹੁਣ ਅਗਲਾ ਵੀਡੀਓ ਵੇਖੀਏ ਕਰੀਏ ਸ਼ੁਰੂ ਚਲੋ।